ਮੈਨੂੰ ਕਿਹਾ ਵੀ ਭਾਈ ਪਹਿਲੇ ਪਹਿਲੇ ਮਿਲਿਆ ਨਹੀਂ ਹੈਗਾ ਤੂੰ। ਹਾਂ ਠੀਕ ਹੈ, ਅੱਜ ਮਿਲਿਆ ਕਿ ਤੂੰ ਪਹਿਲਾਂ ਮਿਲਿਆ ਨੂੰ ਮੈਨੂੰ ਮੈਂ ਨਹੀਂ ਮਿਲਿਆ ਭਾਈ ਇਹਨੂੰ, ਮੈਂ ਦੇਖ ਕੇ ਜਾਂਦਾ ਪਰ ਮਿਲਿਆ ਨਹੀਂ ਹੈਗਾ। ਦੇਖ ਤਿੰਨ ਵਾਰੀ ਇਹਦੇ ਕੋਠੇ ਤੱਕ ਨਿਗਾਹ ਮਾਰਦਾ 3 ਮੰਜ਼ਿਲ ਤੱਕ। ਇਹ 2 ਦਿਨ ਲੈ ਕੇ ਆਉਂਦਾ ਦਿੱਲੀ, 10 ਦਿਨ ਵੀਡੀਓ ਪਾਈ ਜਾਂਦਾ ਉੱਥੇ ਦੀਆਂ, ਇਹ ਅੱਗੇ ਪਿੱਛੇ ਕਰੀ ਜਾਂਦਾ। ਇਹਦਾ ਇਹਦਾ ਕਹਿ ਇਹਨੇ ਤਾਂ ਚੌਥ ਖਬਰ ਕਿੱਦਣ ਦੀ ਵੀਡੀਓ ਪਾਈ। ਮੈਂ ਤਾਂ ਜਾਂਦਾ ਹੀ ਨਹੀਂ, ਮੈਂ ਤਾਂ ਉੱਥੇ ਤੇ ਵੀਡੀਓ ਮੰਗਾਉਂਦਾ ਬਸ ਵੀ ਭੇਜ ਦੋ, ਮੈਂ ਇੱਕਣੀ ਪਾ ਦੇਣੀ ਆ, ਜਾਂਦਾ ਹੀ ਨਹੀਂ। ਸਤਿ ਸ਼੍ਰੀ ਅਕਾਲ ਜੀ, ਜਿੱਦਣ ਦਾ ਪਾਣੀ ਯਾਰ ਸਪਰੇ ਕਰੀ ਹੈ ਇਹਨੂੰ, ਉੱਦਣ ਤੋਂ ਬਾਅਦ ਅੱਜ ਆਏ ਗੇੜਾ ਮਾਰਨ 2-3 ਦਿਨ ਹੋ ਗਏ ਅੰਬ ਵਾਲੀ ਮੋਟਰ ਦੇ ਹੈ। ਅਤੇ ਇੱਥੇ ਮੈਂ ਦੇਖਦਾ ਤਾਂ ਮੈਂ ਕਿਹਾ ਤੇਲਾ ਤੇਲਾ ਤਾਂ ਜੀ ਬਿਲਕੁਲ ਇਹ ਚੱਕਤਾ, ਤੇਲਾ ਤਾਂ ਕਰਤਾ ਖਤਮ, ਜਿਹੜਾ ਕੋਈ ਪੱਤੇ ਨੂੰ ਚਿੜਿਆ ਹੋਇਆ ਹੈ ਉਹ ਮਰਿਆ ਹੋਇਆ ਬਿਲਕੁਲ, ਇਹ ਦਾਣਾ ਕੋਈ ਹਿਲਜੁਲ ਨਹੀਂ ਉਹਦੇ 'ਚ ਕੁਛ ਨਹੀਂ, ਮਤਲਬ ਕਿ ਵੀ ਤੇਲੇ ਵਾਲੀ ਸਪਰੇ ਨੇ ਤਾਂ ਜਿਹੜੀ ਦਵਾਈ ਲਿਖੀ ਉਹਨੇ ਤਾਂ ਪੂਰਾ ਅਸਰ ਕਰਿਆ। ਬਾਕੀ ਟਿਲਟ ਦਾ ਵੀ ਮੈਨੂੰ ਵਧੀਆ ਹੀ ਲੱਗਿਆ ਰਿਜ਼ਲਟ, ਕਿਉਂ ਉਸ ਦਿਨ ਥੋੜ੍ਹਾ ਘੱਟ ਨਿਸਰੀ ਹੋਈ ਤੀ, ਹੁਣ ਸਾਰੇ ਨਿਸਰ ਵੀ ਆਈ, ਅਤੇ ਬਾਕੀ ਅੱਗੇ ਪਤਾ ਲੱਗ ਜੂਗਾ। ਪਰ ਥੋੜ੍ਹਾ ਥੋੜ੍ਹਾ ਨਾ ਪਾਣੀ ਲੱਗਣ ਕਰਕੇ ਕਣਕ ਗਿਰ ਗਈ, ਕਿਤੇ ਕਿਤੇ ਤੱਗੀਆਂ ਥੋੜ੍ਹੀ ਕਿਤੇ ਕਿਤੇ ਤੱਗੀਆਂ ਗਿਰ ਗਈਆਂ। ਇਹ ਇਸੇ ਖੇਤ 'ਚ ਥੋੜ੍ਹੀ ਜ਼ਿਆਦਾ, ਇੱਕ ਉਹਦੇ ਇਹਦੇ 'ਚ ਹੈ ਥੋੜ੍ਹੀ ਜਿਹੀ ਉੱਧਰਲੇ 'ਚ ਹੈ, ਹੋਰ ਨਹੀਂ ਹੈਗੇ। ਚਲੋ ਇੰਨੇ ਦਾ ਕੋਈ ਜ਼ਿਆਦਾ ਨਹੀਂ, ਇੱਕ ਹੁਣ ਪਾਣੀ ਵੀ ਸੁੱਕ ਗਿਆ, ਉਸ ਦਿਨ ਪਾਣੀ ਵੀ ਖੜਿਆ ਸੀ, ਪਾਣੀ ਵੀ ਨਹੀਂ ਬਿਲਕੁਲ ਵੀ ਰਿਹਾ ਹੁਣ ਥੱਲੇ। ਇਹ ਕਣਕ ਨੂੰ ਪਾਣੀ ਚੜ੍ਹਾ ਕੇ ਲਾਇਆ ਸੀ, ਜਾਂ ਪੂਰੀ ਬੱਤ ਜੇ ਮੰਗ ਹੋ ਗਈ ਵੀ ਹਾਂ ਫਿਰ ਵੱਧ ਪਾਣੀ ਵੀ ਹੋ ਜਾਵੇ ਫਿਰ ਖੇਤ ਖਾ ਜਾਂਦੇ ਨੇ। ਆ ਦੇਖੋ ਵੀ ਟਿਲਟ ਦਾ ਫਰਕ ਲੱਗਦਾ ਵੀ ਉੱਦਣ ਨਾਲੋਂ ਵੱਧ, ਟਿਲਟ ਦਾ ਕੰਮ ਹੁੰਦਾ ਵੀ ਇੱਕ ਅਲੱਗ ਤੇ ਫਿਰ ਇਕੱਠੀ ਨਿਸਰ ਆਉਂਦੀ ਹੈ, ਵਧੀਆ ਹੋਈ ਹੋਈ ਆ। ਬਾਕੀ ਅੱਗੇ ਦੇਖਦੇ ਹਾਂ ਕੀ ਬਣਦਾ ਹੈ। ਤੇਲੇ ਦਾ ਤਾਂ ਬਿਲਕੁਲ ਇਹ ਨਾਸ ਹੀ ਕਰਤਾ ਖਤਮ, ਜਿਵੇਂ ਕਾਲਾ ਕਾਲਾ ਪੱਤਿਆਂ 'ਤੇ ਹੋਏ ਹੋਏ ਤਾਂ ਪੱਤੇ ਸਾਫ਼ ਹੋ ਗਏ, ਕਿਸੇ 'ਤੇ ਵੀ ਨਹੀਂ ਹੈਗਾ। ਜਿੱਥੇ ਕੋਈ ਮਾੜਾ ਜਿਹਾ ਪਿਆ ਦਾਣਾ ਅਤੇ ਉਹ ਮਰਿਆ ਹੋਇਆ ਹੈ। ਘੁੰਮ ਕੇ ਇੱਧਰ ਖੇਤਾਂ 'ਚ ਸਾਰਿਆਂ 'ਚ ਦੇਖ ਲਿਆ, ਪਾਣੀ ਵੀ ਹੈ ਨਹੀਂ, ਸੁੱਕ ਗਿਆ ਸਾਰਾ ਹੀ। ਅਤੇ ਕਈ ਬੰਦੇ ਵਿੱਚ ਮੈਸੇਜ ਬਾਈ ਕਰਦੇ ਆ ਵੀ ਪਾਣੀ ਗੰਦਾ ਲਾਇਆ ਏ, ਜਾਂ ਜਸਵੀਰ ਨੇ ਆਪਣੀ ਵੀਡੀਓ 'ਚ ਕਹਿੰਦੇ ਵੀ ਗੰਦਾ ਪਾਣੀ ਆਉਂਦਾ ਉਹ ਹੁੰਦਾ ਵੀ ਬਾਈ ਕਰਦਾ ਸੀ ਵੀ ਪਾਣੀ ਇੱਦਾਂ ਲੱਗਿਆ ਟੋਭੇ ਵਾਲਾ ਪਾਣੀ ਕਣਾ ਵੀ ਦਾਣੇ 'ਚ ਜਾਂਦਾ ਹੋਊਗਾ। ਯਾਰ ਕਮਾਲ ਹੈ, ਇਹਦਾ ਦਾਣਾ ਉੱਪਰ ਹੈ ਵੀਰ, ਮੈਂ ਤਾਂ ਫਿਰ ਇਹਨੂੰ ਕਣਕ ਨੂੰ ਪਾਣੀ ਲਾਇਆ, ਧਰਤੀ 'ਚ ਹੇਠਾਂ ਜਾਣਾ ਹੈ ਪਾਣੀ, ਠੀਕ ਹੈ। ਜਿਹੜੇ ਚੰਡੀਗੜ੍ਹ ਏਰੀਏ ਦੇ ਵਿੱਚ ਨੇੜੇ ਤੇੜੇ ਜਿੰਨੇ ਵੀ ਹੈਗੇ ਆ ਸਬਜ਼ੀ ਲਾਉਂਦੇ ਉਹ ਗੰਦਾ ਪਾਣੀ ਲਾਉਂਦੇ ਆ, ਉਹ ਬਲਕਿ ਸਬਜ਼ੀ ਆਲੂ ਹੋ ਗਿਆ, ਗਾਜਰਾਂ ਹੋ ਗਿਆ, ਮੂਲੀ ਹੋ ਗਈ, ਸ਼ਲਗਮ ਹੋ ਗਈ, ਸਾਰਾ ਕੁਛ ਧਰਤੀ ਦੇ ਵਿੱਚ ਹੁੰਦਾ। ਉਹ ਲੋਕ ਗੰਦਾ ਪਾਣੀ ਚੱਕ ਕੇ ਨਾਲੇ 'ਚੋਂ ਆਪਣੇ ਖੇਤਾਂ ਨੂੰ ਲਾਉਂਦੇ ਆ, ਉਹ ਫਸਲ ਚੰਡੀਗੜ੍ਹ ਵਿਕਦੀ ਹੈ, ਉਹ ਖਾਂਦੇ ਆ। ਇਹ ਤਾਂ ਫਿਰ ਦਾਣਾ ਹੈ ਪਾਣੀ ਥੱਲੇ ਕਦ ਉੱਪਰ ਜਾਣਾ, ਗੱਲਾਂ ਨਾਲ ਜੋ ਕੁਛ ਮਰਜ਼ੀ ਹੋ ਜਾਵੇ ਪਰ ਇੱਕਣਾ ਗੰਦੇ ਪਾਣੀ ਦਾ ਥੋੜ੍ਹਾ ਇੰਨਾ ਹੋ ਜਾਂਦਾ। ਹੁਣ ਤੁਹਾਨੂੰ ਮੈਂ ਪਿੰਡ ਦਾ ਟੋਭੇ ਦਾ ਵੀ ਮੈਂ ਇਸ ਵਾਰ ਚੱਲ ਲਾਉਣਾ ਨਹੀਂ ਤਾਂ, ਪਰ ਮੈਨੂੰ ਇੱਦਾਂ ਤਾਂ ਕਿ ਉਹ ਹੱਫੜ ਨਾ ਜਾਵੇ, ਕਿ ਉਹ ਥੋੜ੍ਹੀ ਤਾਕਤ ਜ਼ਿਆਦਾ ਹੁੰਦੀ ਹੈ, ਇੱਕ ਡਾਏ ਦੇ ਥੈਲੇ ਜਿੰਨਾ ਕੰਮ ਕਰ ਦਿੰਦਾ ਖੇਤ 'ਚ ਗੰਦਾ ਪਾਣੀ ਲੱਗਿਆ ਹੋਇਆ, ਪੂਰਾ ਜ਼ੋਰ ਮਤਲਬ ਕਿ ਤਾਕਤ ਵਧਾ ਦਿੰਦੇ ਜ਼ਮੀਨ 'ਚ, ਸਾਰੇ ਤੱਤ ਹੋਰ ਪੂਰੇ ਹੋ ਜਾਂਦੇ ਆ। ਰੇਹ ਵਾਲਾ ਹੀ ਕੰਮ ਕਰਦਾ, ਆਪਾਂ ਰੂੜੀ ਵੀ ਤਾਂ ਪਾਉਂਦੇ ਹਾਂ, ਦੇਸੀ ਰੇਹ, ਕਦੇ ਮੁਰਗੀਆਂ ਦਾ ਰੇਹ, ਕਦੇ ਕੁਛ, ਇਹ ਰੇਹ ਹੀ ਆ ਇੱਕ ਤਰ੍ਹਾਂ ਦਾ ਪਾਣੀ। ਇਹ ਕੋਈ ਖਰਾਬ ਥੋੜ੍ਹਾ ਵੀ ਕੋਈ ਥੱਲੇ ਵਾਲੀ ਚੀਜ਼ ਹੈ ਵੀ ਧਰਤੀ ਦੇ ਵਿੱਚ ਫਸਲ ਹੋਈ ਹੈ, ਉਹਨੂੰ ਆਪਾਂ ਕਹਿ ਸਕਦੇ ਵੀ ਚਲੋ ਜਿਹੜੀ ਆਪਾਂ ਥੱਲੇ ਹੁੰਦੀ ਆ ਉਹਦੇ ਵਾਸਤੇ ਚਲੋ ਮੰਨ ਲੈਂਦੇ ਵੀ ਕੁਛ ਅਸਰ ਹੋਊਗਾ। ਇਹਦੇ ਨਾਲ ਤਾਂ ਵੱਧ ਉੱਪਰ ਸਪਰੇਆਂ ਦਾ ਅਸਰ ਹੋ ਜਾਂਦਾ ਦਾਣੇ ਦੇ ਉੱਪਰ ਹੈ ਬਲ 'ਚ। ਚਲੋ ਆਪਣੀ ਆਪਣੀ ਸੋਚਣੀ ਆ, ਜਿਵੇਂ ਕੋਈ ਸੋਚਦਾ ਚੰਗਾ ਹੀ ਹੈ, ਸੋਚੀ ਜਾਣ ਦਿਉ। ਅਤੇ ਮੈਂ ਤਾਂ ਇਸ ਵਾਰ ਵੈਸੇ ਲਾਉਣਾ ਨਹੀਂ ਸੀ ਵੀ ਚਲ ਕਿਤੇ ਆਪਣ ਨਾ ਜਾਵੇ, ਫਿਰ ਪਿੰਡ ਵਾਲੇ ਕਹਿਣ ਲੱਗ ਗਏ ਯਾਰ ਥੋੜ੍ਹਾ ਪਾਣੀ ਲਾ ਲਾ ਵੀ ਟੋਭੇ ਦਾ ਪਾਣੀ ਘੱਟ ਜੂਗਾ, ਟੋਭੇ ਦਾ ਕੰਮ ਚਲਾਉਣਾ, ਮੈਂ ਤੁਹਾਨੂੰ ਉਹ ਵੀ ਦਿਖਾਊਂਗਾ, ਉਹਨਾਂ ਕਰਕੇ ਮੈਂ ਤਾਂ ਲਾ ਤਿਆ, ਨਹੀਂ ਤਾਂ ਮੇਰੀ ਤਾਂ ਆਪਣੀ ਮੋਟਰ 'ਚ ਪਾਣੀ ਬਥੇਰਾ ਹੈ, ਅਤੇ ਜ਼ਰੂਰੀ ਤੇਲ ਫੂਕ ਕੇ ਫਿਰ ਲਾਉਣਾ। ਚਲੋ ਹੁਣ ਮਿਲਾਉਂਦਾ ਤੁਹਾਨੂੰ ਮੈਂ ਵਿੱਕੀ ਨੂੰ, ਅੱਜ ਦੇਖਦੇ ਹਾਂ ਉਹਦੀ ਗੱਡੀ ਦੀ ਟਰਾਈ ਵੀ ਲੈ ਕੇ ਦੇਖਦੇ ਹਾਂ ਮੜੀ ਜੀ। ਵੈਸੇ ਤਾਂ ਮੈਨੂੰ ਕਹਿੰਦੇ ਤਾਂ ਚੱਲਦੇ ਹਾਂ ਆਪਾਂ ਗੇੜਾ ਲਾਉਣ, ਪਰ ਮੈਨੂੰ ਥੋੜ੍ਹਾ ਕੰਮ ਹੈ ਅੱਜ, ਮੈਂ ਕਿਹਾ ਪਹਿਲਾਂ ਖਿੱਚ ਗੇੜਾ ਮਾਰ ਕੇ ਆਉਂਦੇ। ਚਲੋ ਚੱਲਦੇ ਹਾਂ ਜੀ ਵਿੱਕੀ ਕੋਲ ਫਿਰ। ਲਓ ਜੀ ਵਿੱਕੀ ਜਿਹੜੀ ਗੱਡੀ ਚਲਾਉਂਦਾ 1.25 ਕਰੋੜ ਦੀ, ਉਹਦੇ ਵਿੱਚ ਬੈਠਿਆ ਜੀ। ਟਰਾਈ ਕਿਸ ਦਿਨ ਫੇਰ ਲਵਾਂਗੇ, ਹਲੇ ਧੋ ਰਿਹਾ ਏ ਗੱਡੀ ਨੂੰ। ਹੁਣ ਦੇਖੋ ਗੱਡੀ ਸਟਾਰਟ ਹੈ, ਗੱਡੀ ਦੀ ਬਿਲਕੁਲ ਵੀ ਆਵਾਜ਼ ਨਹੀਂ ਹੈਗੀ, ਏ ਸੀ ਕੈਬਨ
8 स्पीड 8 गियर हैं ये अगले आकर लो भी है गए होर ने छोटा जा लाया हुआ है गड्डी दी आवाज बिल्कुल नहीं हैगी जी चल जानी है गड्डी मिलो जी विक्की नु सत श्री अकाल जी सारेयां नु भाई ब्याह ते बाद अज मिलया है तू भी नहीं मिलना तू तो हाल भी नहीं पूछना मेरा मैं पूछता हूं ने 1 मिनट हेठा उतर के आया लो जी मरकेसी भाई भी आ गया किदा भाई बढ़िया मुंडा कहंदा कहंदा हाल चाल नहीं पूछे मेरे ਇਹ ਮੈਂ ਇਹਦਾ ਹਾਂ ਇਹਦਾ ਹਾਲ ਚਾਲ ਕਰਦਾ ਹਾਲ ਉਹ ਤਾਂ ਮਿਲਦਾ ਸਾਡਾ ਛੋਟਾ ਭਾਈ ਸਾਨੂੰ ਮੈਨੂੰ ਨਹੀਂ ਨਾ ਮਿਲਿਆ ਤਾਂ ਵਿਆਹ ਤੇ ਬਾਅਦ ਹੁਣ ਮਿਲਿਆ ਇਹ ਭਾਈ ਮਿਲਦਾ ਹੀ ਨਹੀਂ ਹੁਣ ਸਾਨੂੰ ਕਿੱਥੇ ਮਿਲਣਾ ਇਹਨੇ ਹੋਰ ਸੁਣਾ ਮੈਂ ਦੇਖ ਭਾਈ ਕੱਲ ਗਿਆ 7 ਦਿਨਾਂ ਬਾਅਦ ਗੱਡੀ ਪਰ ਹਾਂ ਮੈਂ ਜਿੱਥੇ ਆਪਣੇ ਨਵੇਂ ਮਕਾਨ 'ਚ ਜਿੱਥੇ ਉਹ ਉੱਥੇ ਬਹਿੰਦੇ ਆਪਾਂ ਸਾਰੇ ਇਕੱਠੇ ਹੋ ਕੇ ਉੱਥੇ ਵੀ ਮੈਂ ਹਾਜ਼ਰੀ ਭਰਦਾ ਹਾਂ ਹੁਣ ਤੇਰੇ ਕੋਲ ਵਿਹਲ ਨਹੀਂ ਹੈਗਾ ਅਸੀਂ ਕੀ ਕਰੀਏ ਤੇਰੇ ਘਰ ਵੀ ਜਾ ਕੇ ਆਇਆ ਤੇਰੇ ਘਰ ਵੀ ਜਾ ਕੇ ਆਇਆ ਮੈਂ ਝੂਠ ਝੂਠ ਨਹੀਂ ਸੱਚ ਕਿਹੜੇ ਟਾਈਮ ਦੋ ਵਾਰ ਕਿਹੜੇ ਟਾਈਮ ਦਾ ਤਾਂ ਟਾਈਮ ਹੁਣ ਟਾਈਮ ਥੋੜੋ ਨੋਟ ਕਰਕੇ ਗਿਆ ਵੀ ਕਰੈਕਟ ਕਿੰਨੇ ਵਜੇ ਮੇਰੀ ਗੱਲ ਸੁਣ ਕੀ ਗੱਲ ਪਤਾ ਕੀ ਮੇਰੀ ਗੱਲ ਸੁਣ ਪਰਸੋਂ ਤਾਂ ਸਾਨੂੰ ਨਹੀਂ ਮਿਲਿਆ ਹੈ ਤੈਨੂੰ ਕਾ ਮਿਲਣਾ ਹੈ ਇਹਦੇ ਪਿੰਡ ਵਾਲੇ ਆਲੂ ਕੱਟਦਾ ਦਾ ਹੁਣ ਦੋ ਦਿਨ ਤਾਂ ਕਰਕੇ ਹਾਂ ਚੱਲ ਮੈਂ ਤਾਂ ਐ ਕਹਿੰਦਾ ਵੀ ਤੂੰ ਹੁਣੇ ਗੱਡੀ ਚਲਾਉਣ ਲੱਗ ਗਿਆ ਹਾਲੇ ਤੇਰੀ ਮਹਿੰਦੀ ਵੀ ਨਹੀਂ ਉਤਰੀ ਉੱਤਰ ਲੱਗ ਗਈ ਦੇਖ ਲੈ ਧਿਆਨ ਨਾਲ ਆ ਇੱਧਰ ਹੀ ਸਾਈਡ ਦੇ ਲਾ ਪੁੱਠੇ ਹੱਥ ਪਰ ਦੇ ਲੈ ਇੱਧਰ ਦੇ ਲਾ ਉੱਤਰ ਲੱਗ ਗਈ ਕਿ ਚੱਲ ਕਿਸ ਦਿਨ ਬਾਈ ਵਿੱਕੀ ਦੇ ਨਾਲ ਵੀ ਗੇੜਾ ਲਾ ਕੇ ਹੁਣ ਅੰਦਰ ਆ ਜੂਦਾ प्रधान जी भी आ गए साढ़े होनहार प्रधान जी मैनू कहा मिलिया नहीं है तू अज मिले तू पहला मिलिया मैं नहीं मिलिया मैं देख के जाना पर मिलिया नहीं है तीन बारी कोठे तो कने का 3 बजे तक मेरी गल सुनो काम गल सुनो जर काले की मैं गल दसदा ਇਹ 2 ਦਿਨ ਲਾ ਕੇ ਆਉਂਦਾ ਦਿੱਲੀ 10 ਦਿਨ ਵੀਡੀਓ ਪਾਈ ਜਾਂਦਾ ਉੱਥੇ ਦੀਆਂ ਇਹ ਅੱਗੇ ਪਿੱਛੇ ਹੀ ਕਰੀ ਜਾਂਦਾ ਇਹਦਾ ਇਹਦਾ ਕਹਿ ਇਹਨੇ ਤਾਂ ਚੌਥੀ ਖਬਰ ਕਿੱਦਣ ਦੀ ਵੀਡੀਓ ਪਾਈ ਮੈਂ ਤਾਂ ਜਾਣਦਾ ਹੀ ਨਹੀਂ ਮੈਂ ਤਾਂ ਉੱਥੇ ਤੇ ਵੀਡੀਓ ਮੰਗਾਉਂਦਾ ਆ ਬਸ ਵੀ ਭੇਜ ਦੋ ਮੈਂ ਇੱਕ ਨਹੀਂ ਪਾ ਦੇਣੀ ਆ ਜਾਣਦਾ ਹੀ ਨਹੀਂ ਪ੍ਰਧਾਨ ਤਾਂ ਮੈਨੂੰ ਕਹੇਗਾ ਵੀ ਹਾਂ ਤੇਰੇ ਕੋਲ ਕਦ ਨਹੀਂ ਬੈਠਾ ਮੈਨੂੰ ਇਹ ਦੱਸ ਤੈਨੂੰ ਕਦ ਨਹੀਂ ਮਿਲਿਆ ਮੈਨੂੰ ਰੋਜ਼ ਮਿਲਦਾ ਹਾਂ ਤੁਸੀਂ ਅੱਛਾ ਤੁਸੀਂ ਸਾਧ ਸਵੇਰ ਕਿੱਥੇ ਪਿਆ ਇਸ ਤਰ੍ਹਾਂ ਦੇ ਮੈਂ ਕਹਿ ਨਹੀਂ ਸਕਦਾ ਅੱਛਾ ਠੀਕ ਹੈ ਠੀਕ ਆਗਾ ਚੁਕਾਉਣੇ ਹੁਣ दो तीन चीजा घर ते मिलिया मेनू बगैर दसे दो तीन नहीं यार कमाल हो गई काला लगा गड्डी चलाउण देखदे आ क्या किन्ने क पानीआं च आए दुब ले ला पहला उत्ते
ਛਗਨ ਦੇ ਛਗਨ ਛਗਨ ਆਏ ਨਹੀਂ ਆਏ ਕੱਲੀ ਧੁੱਪ ਦਿਖਾ ਕੇ ਨਹੀਂ ਸਾਰਨਾ ਛਗਨ ਦੇ ਛਗਨ ਆ ਕੰਜੂਸ ਤੇ ਕਿਆ ਭਾਲਦਾ ਤੂੰ ਬਸ ਬਸ ਮੋੜ ਲਾ ਪਿੱਛੇ ਨੂੰ ਹੁਣ ਚੱਲ ਆਉਣ ਦੇ ਵਾ ਆਉਣ ਦੇ ਤੂੰ ਘਰ ਗੱਡੀ ਆਉਣ ਦੇ ਬੈਕ ਫਰਕ ਬਹੁਤ ਆ ਬਾਈ ਚਲਾਈ ਦਾ ਵੀ ਸਿੱਖਣ ਲੱਗਿਆ ਵਾ ਛੁੱਟੀ ਘੱਟ ਲੈ ਕਰੂੰਗਾ ਕੋਈ ਤੁਹਾਡੇ ਆਸਰੇ ਬਣਾਇਆ ਨਾ ਤੈਨੂੰ ਹੁਣ ਪੱਕਾ ਤਾਂ ਬਾਈ ਹੈਵੀ ਲਾਇਸੈਂਸ ਨਹੀਂ ਹੈਗਾ ਵਿੱਕੀ ਆਪਣੇ ਕੋਲ ਆਲੂ ਛਾਂਡਦੇ ਜੀ ਉਹ ਟਰਾਲਾ ਖਾਲੀ ਕਰਤਾ ਇੱਕ ਤੇ ਇੱਧਰ ਇੱਕ ਢੇਰੀ ਦੀ ਆ ਵੀ ਉਹ ਵੀ ਗੋਲੀ ਕਿਹੜੀ ਆ ਗੋਲੀ ਕੱਢਤੇ ਬੀਜ ਵਾਸਤੇ ਹਰੇ ਹਰੇ ਨੀ ਕੱਢੇ ਹਰਾਕ ਵੱਢਿਆ ਕੱਟਿਆ ਇੱਧਰ ਗਿਰੀ ਜਾਂਦੇ ਆ ਬਾਕੀ ਢੇਰੀ ਉਹ ਲਾਤੀ ਇਹ ਬੋਰੀਆਂ ਜਿਹੜੀਆਂ ਵੇਚਣ ਨੂੰ ਇਹ ਵੇਚਣ ਵਾਲਾ ਸਟੋਰ ਵਾਲਾ ਤਾਂ ਉਹ ਇੱਕ ਉਹਦੇ ਦੂਏ ਟਰਾਲੇ ਪਰ ਉਹ ਸਟੋਰ ਵਾਲਾ ਲਓ ਜੀ ਇੱਕ ਆਹ ਟਰਾਲਾ ਰਹਿ ਗਿਆ ਇੱਕ ਬਾਹਰ ਵਾਲਾ ਦੋ ਟਰਾਲੇ ਰਹਿ ਗਏ ਬਾਕੀ ਦੋ ਢਾਈ ਛਾਂਟਤੇ ਅਤੇ ਮੈਂ ਕਿਹਾ ਬਾਪੂ ਜੀ ਕਹਿੰਦੇ ਵੀ ਇੱਥੇ ਉਹ ਛਾਂਟ ਦਿੰਦੇ ਹਾਂ ਭਾਈ ਕੱਲ੍ਹ ਨੂੰ ਆਹ ਵੀ ਛਾਂਟਦੇ ਜੇ ਦੋਵੇਂ ਟਰਾਲੇ ਮੈਂ ਚਲੋ ਫਿਰ ਮਸ਼ੀਨ 'ਤੇ ਵੀ ਉਹ ਬੰਦਾ ਕਹਿੰਦਾ ਬੰਦੇ ਨਹੀਂ ਹੈਗੇ ਆਪਣੇ ਲੈ ਕੇ ਆਇਆ ਫਿਰ ਉਹਦੇ ਨਾਲ ਤਾਂ ਜੇ ਆਪਣੇ ਲੈ ਕੇ ਜਾਣੇ ਆ ਤਾਂ ਇੱਥੇ ਉਹ ਆਪਾਂ ਆਪੇ ਹੀ ਛਟਾ ਲੈਂਦੇ ਹਾਂ ਇਹਨਾਂ ਦੇ ਨਾਲੇ ਵੱਡੇ ਹੋਏ ਹਰੇ ਆਹ ਕੱਟ ਹੋ ਜਾਂਦੇ ਆ ਚਲੋ ਠੀਕ ਹੈ ਜੀ ਮੇਰੀ ਵੀਡੀਓ ਇੱਥੇ ਤੱਕ ਸੀ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਿਓ ਧੰਨਵਾਦ।